ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ ਅੱਜ ਦੇ ਸੈਗਮੈਂਟ ਵਿੱਚ ਤੁਹਾਡੇ ਨਾਲ ਅਸੀਂ ਜਾਣਕਾਰੀ ਲੈ ਕੇ ਆ ਰਹੇ ਹਾਂ ਜਿਸ ਵਿੱਚ ਕਿ ਸੁਲੇਮਾਨ ਹਾਸ਼ਮੀ ਇੱਕ ਨਾਮਵਰ ਵਕੀਲ ਹਨ ਉਹ ਸਾਨੂੰ ਦੱਸਣਗੇ ਕਿ ICBC ਵੱਲੋਂ ਇੱਕ ਪ੍ਰੋਗਰਾਮ ਚਲਾਇਆ ਜਾਂਦਾ ਜਿਸ ਦਾ ਨਾਮ ਹੈ ਲੋ ਵੈਲੋਸਿਟੀ ਇੰਪੈਕਟ ਪ੍ਰੋਗਰਾਮ LVIC। ਇਹ ਕੀ ਹੈ ਤੇ ਇਸ ਤੋਂ ਸਾਨੂੰ ਕੀ ਚੀਜ਼ਾਂ ਦੇ ਬਾਰੇ ਜਾਨੂ ਹੋਣਾ ਚਾਹੀਦਾ ਹੈ। ਆਓ ਸਵਾਗਤ ਕਰਦੇ ਹਾਂ ਸੁਲੇਮਾਨ ਹਾਸ਼ਮੀ ਦਾ। ਜੀ ਜੀ ਵੈਲਕਮ ਟੂ ਦਾ ਪ੍ਰੋਗਰਾਮ। ਥੈਂਕ ਯੂ ਜੀ। ਸੁਲੇਮਾਨ ਜੀ LVIC ਜਿਹੜਾ ਹੈਗਾ ਹੈ ਕੀ ਏ? LVI ਜਿਹੜਾ ਹੈ ਭਾਈ ਇਟ ਇਜ਼ ਦੀ ਮੋਸਟ ਆਈ ਰੀਲੀ ਡਿਸਲਾਈਕ ਥਿਸ ਪ੍ਰੋਗਰਾਮ। LVI ਦਾ ਮਤਲਬ ਇਹ ਹੈਗਾ ਕਿ ਲੋ ਵੈਲੋਸਿਟੀ ਇੰਪੈਕਟ। ਹਮ ਹਮ। ਇਹ ਚਸ ਸਿੰਪਲ ਐਲਵੀਆਈ ਲੋ ਵੈਲੋਸਟੀ ਇੰਪੈਕਟ ਇਹਦਾ ਮਤਲਬ ਹੈ ਕਿ ਆਈਸੀਬੀਸੀ ਕਹਿੰਦੇ ਨੇ ਕਿ ਅਗਰ ਤਾਨੂੰ ਇੱਕ ਟੱਕ ਲੱਗ ਗਿਆ ਪਿੱਛੋਂ ਕਿਸੇ ਨੇ ਤਾਨੂੰ ਮਾਰੇ ਗਿਆ ਗਾੜੀ ਮਾਰ ਗਈ ਹੈ ਇਫ ਥੈਟ ਡੈਮੇਜ ਇਸ ਲੋਅਰ ਦੈਨ ਅ ਸਰਟਨ ਅਮਾਉਂਟ ਜੀ ਆਈਸੀਬੀਸੀ ਕਹਿੰਦੇ ਨੇ ਕਿ ਤਾਨੂੰ ਕੋਈ ਤਕਲੀਫ ਜਾਂ ਦਰਦ ਹੋਈ ਨਹੀਂ ਸਕਦੀ ਅੱਛਾ ਓਕੇ ਸੋ ਇਹ ਕਦੋਂ ਇੰਟਰੋਡਿਊਸ ਕੀਤਾ ਗਿਆ ਸੀ ਤੇ ਇਹ ਹਾਊ ਕੈਨ ਦੇ ਮੇਕ ਇਟ ਆਊਟ ਕਿ ਜੀ ਤੁਹਾਨੂੰ ਕੋਈ ਤਕਲੀਫ ਨਹੀਂ ਹੋਏ ਇਹ ਸ਼ੁਰੂ ਹੋਇਆ ਸੀ अर्ਲੀ ਟੂ ਮਿਡ 1990ਸ ਵਿੱਚ ਸ਼ੁਰੂ ਹੋਇਆ ਸੀ ਬੇਸਿਕਲੀ ਇਹ ਹੁੰਦਾ ਸੀ ਕਿ ਬੰਦੇ ਨੇ ਐਕਸੀਡੈਂਟ ਹੁੰਦੀ ਸੀ ਤੇ ਅਗਰ ਐਕਸੀਡੈਂਟ ਹੁੰਦਾ ਥੋੜੀ fault ਨਹੀਂ ਕੀਤਾ ਤਾ ਤੁਹਾਨੂੰ ਇੱਕ ਹੱਕ ਬਣਦਾ ਇੱਕ ਤੇ ਤੁਹਾਡੀ ਟ੍ਰੀਟਮੈਂਟਸ ਵਗੈਰਾ ਹੋਣੀਆਂ ਚਾਹੀਦੀਆਂ ਨੇ ਜੋ ਵੀ ਦਵਾਈਆਂ ਵਗੈਰਾ ਤੁਹਾਨੂੰ ਲੈਣੀਆਂ ਨੇ ਉਹ ਵੀ ICBC ਕਿਉਂਕਿ ਇੰਸ਼ੋਰੈਂਸ ਇਟਸ ਇੰਸ਼ੋਰੈਂਸ ਰਾਈਟ ਦੇਨੀ ਚ ਆਈਡੀਆ ਕਿਉਂ ਤੁਸੀ ਆਪਣਾ ਪ੍ਰੀਮੀਅਮ ਦਿੰਦੇ ਹੋ ਤੇ ਇਹ ਹੁੰਦਾ ਕਿ ਅਗਰ ਕੋਈ ਤੁਹਾਨੂੰ ਦਰਦਾਂ ਵਗੈਰਾ ਅੱਗੇ ਵੀ ਹੋ ਰਹੀਆਂ ਨੇ ਦਾ ਕਲੇਮ ਫਾਰ ਪੇਨ ਐਂਡ ਸਫਰਿੰਗ ਜੀ ਪੇਨ ਐਂਡ ਸਫਰਿੰਗ ਯਾਨੀ ਜਿਹੜੀ ਮੈਨੂੰ ਦਰਦਾਂ ਹੁੰਦੀਆਂ ਨੇ ਮੇਰਾ ਬੈਕ ਪਹਿਲੇ ਠੀਕ ਠਾਕ ਸੀ ਮੈਂ ਮੈਂ ਸਾਕਰ ਖੇਡਦਾ ਸੀ ਹੁਣ ਮੈਂ ਨਹੀਂ ਖੇਡ ਸਕਦਾ ਰਾਈਟ ਠੀਕ ਹੈ ਉਹਦਾ ਇੱਕ ਹੱਦ ਤੱਕ ਤੁਹਾਨੂੰ ਪੈਸੇ ਮਿਲ ਸਕਦੇ ਨੇ ਹਮਮ ਹਮ that is what we talk about settlement and that is a pain ਐਂਡ ਸਫਰਿੰਗ ਕਲੇਮ ਆਈਸੀਬੀਸੀ ਨਿਕਿਆ ਕਿ ਚਲੋ ਠੀਕ ਹੈ ਅਗਰ ਤੁਹਾਡਾ ਵੱਡਾ ਐਕਸੀਡੈਂਟ ਹੁੰਦਾ ਫਿਰ ਵੀ ਅਸੀਂ ਲੜਾਂਗੇ ਤੁਹਾਡੇ ਨਾਲ ਅਸੀਂ ਤੁਹਾਡੇ ਵਕੀਲ ਨਾਲ ਲੜਾਂਗੇ ਕਿ ਸਾਡੇ ਕਮਿਊਨਿਟੀ ਚ ਬਹੁਤ ਹੁੰਦਾ ਅਸੀਂ ਤੁਹਾਡੇ ਨਾਲ ਲੜਾਂਗੇ ਅਸੀਂ ਤੁਹਾਨੂੰ ਤੁਹਾਡਾ ਜਿਹੜਾ ਨੰਬਰ ਡਾਊਨ ਕਰਾਂਗੇ ਪਹਿਲੇ ਤੇ ਅਸੀਂ ਕਹਿਣਾ ਤੁਹਾਨੂੰ ਕੁਝ ਹੋਇਆ ਹੀ ਨਹੀਂਗਾ ਜੀ ਲੇਕਿਨ ਜਦੋਂ ਇਸ ਵਾਸਤੇ ਲੋਕੀ ਸਾਡੇ ਕੋਲ ਆਉਂਦੇ ਨੇ ਐਸ ਲਾਇਰਸ ਅਸੀਂ ਫਿਰ ਫਾਈਟ ਕਰਨੇ ਕਿਉਂਕਿ ਸਾਡੇ ਕੋਲ ਕੇਸਸ ਨੇ ਸਾਰੇ ਲੇਕਿਨ ਉਹ ਕਹਿੰਦੇ ਨੇ ਠੀਕ ਹੈ ਫਿਰ ਤੁਹਾਡੀ ਕੁਛ ਨਾ ਕੁਛ ਹੋ ਜਾਂਦੀ ਜਾਂ ਕੋਰਟ 'ਚ ਜਾਂਦਾ ਜਾਂ ਪਹਿਲੇ ਤੁਸੀਂ ਸੈਟਲ ਹੋ ਜਾਂਦਾ ਠੀਕ ਹੈ ਜੀ ਆਈਸੀਬੀਸੀ ਨੇ ਐਲ ਵੀ ਆਈ ਦਾ ਕਿਹਾ ਲੋ ਵਲਾਸਟੀ ਇੰਪੈਕਟ ਅਗਰ ਤੁਹਾਨੂੰ ਇੱਕ ਹੱਦ ਤੱਕ ਇੰਨੀ ਸਖਤੀ ਨਾ ਨਹੀਂ ਲੱਗੀ ਗਾੜੀ ਤੇ ਅਸੀਂ ਤੁਹਾਨੂੰ ਕੁਛ ਨਹੀਂ ਦੇਣਾ ਓਕੇ ਤੁਹਾਨੂੰ ਕੁਛ ਨਹੀਂ ਹੋਇਆ ਕੋਈ ਐਕਸੈਪਸ਼ਨਸ ਨਹੀਂ ਇਹਦੇ ਵਿੱਚ ਕਿ ਇਟਸ ਜਸਟ ਅ ਹਾਰਡ ਐਂਡ ਫਾਸਟ ਰੂਲ ਇਟਸ ਅ ਰੂਲ Okay. and it's a stupid rule <laughs> <laughs> i say it with respect right because it doesn't make sense right sardicol cake cases i na khaas taur par ek ek do desi jide clients se menu mere zehen ch aa rahe ne ho <laughs> ne unna uh -huh. nu keha si uh, icbci ne ke it's a low velocity impact unna ek mm -hmm. hadd da uh, accident hoya tan kuch nahi milna tan kuch nahi hoya right oh bande pareshan ho gaye uh -huh. kisne keha uh, anyways something came up sardicol client aaya unna keha suno phone karo ਮੇਰੇ ਗਾਲੋ ਹੀ ਹੋਣ ਨਾਲ ਅਸੀਂ ਕਹਿੰਦੇ ਅਸੀਂ ਕਿਹਾ ਠੀਕ ਐ ਸੀ ਇਨ ਫਾਈਟ ਕਰਨੇ ਆ ਠੀਕ ਐ ਅਸੀਂ ਇੱਕ ਹੱਦ ਤੱਕ ਫਾਈਟ ਕੀਤਾ ਫਿਰ ਉਹ ਜਿਹੜੀ ਹੈ ਕਮੇਟੀ ਦੇ ਕੋਲ ਜਾਂਦੀ ਹੈ ਆਈ ਸੀ ਬੀ ਸੀ ਹੈਜ਼ देयर ओन ਕਮੇਟੀ ਫਿਰ ਇਫ ਵੀ ਫਾਈਟ ਇਟ ਵਕੀਲ ਬਾਨ ਕੇ ਅਗਰ ਅਸੀਂ ਫਾਈਟ ਕਰਨੇ ਆ ਕੇਵਲ ਉਸੇ ਉਸੇ ਚ ਰਹਿੰਦਾ ਆਈ ਸੀ ਬੀ ਸੀ ਸੇਜ਼ ਨੋ ਗੋ ਟੂ ਟ੍ਰਾਇਲ ਕੇ ਬਾਅਦ ਦੇ ਸੇ ਆਕੇ ਵੀ ਟੇਕ ਇਟ ਆਊਟ ਐਂਡ ਆਮ ਹੈਪੀ ਟੂ ਸੇ ਥੈਟ 9 ਆਊਟ ਆਫ 10 ਆਫ ਆਰ ਕੇਸਿਸ ਥੈਟ ਹੈਵ ਬੀਨ ਐਲ ਵੀ ਆਈ ਵੀ ਬੀਨ ਅਬਲ ਟੂ ਟੇਕ ਥਮ ਆਊਟ ਓਕੇ ਸੋ ਜਦੋਂ ਜਿਊਰੀ ਟ੍ਰਾਇਲ ਸ਼ੁਰੂ ਹੋ ਜਾਂਦੀ ਹੈਗੀ ਫਿਰ ਉਸ ਸਮੇ ਕਿਹੜੀਆਂ ਚੀਜ਼ਾਂ ਦਾ ਉੱਥੇ ਧਿਆਨ ਰੱਖਿਆ ਜਾਂਦਾ ਕੀ ਹੁੰਦਾ ਕਿ ਇਹ ਕੋਰਟ ਵਜਾ ਕੇ ਕਿਉਂਕਿ ਤੁਸੀਂ ਪ੍ਰੂਫ ਕਰਨਾ ਹੈ ਕਿ ਨਹੀਂ ਇਹਦਾ ਇੰਪੈਕਟ ਪਏ ਹੈ ਕਿ ਆਈਸੀਬੀਸੀ ਜਿਹੜੀ ਕਹਿ ਰਹੀ ਹੈ ਕਿ ਜੀ ਇਹ ਤੇ ਐਲਵੀਆਈਸੀ ਲੋ ਵੈਲੋਸਿਟੀ ਸੀ ਇਹਦਾ ਕੋਈ ਅਸਰ ਨਹੀਂ ਹੋਇਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਇੱਕ ਸਾਡੀ ਕੇਸ ਚੱਲ ਰਹੀ ਹੈ ਹਲੇ ਤੱਕ ਚੱਲ ਰਹੀ ਹੈ ਸੋ ਐਲਵੀਆਈ ਆਈਸੀਬੀਸੀ ਨੇ ਕਿਹਾ ਸੀ ਐਲਵੀਆਈ ਬੰਨਰ ਕਿਹਾ ਸੀ ਮੈਂ ਗੱਡੀ ਚਲਾ ਰਿਹਾ ਹਾਂ ਠੀਕ ਹੈ ਜੀ ਪਿੱਛੋਂ ਉਹਨੇ ਮਾਰੀ ਹੈ ਕਹਿੰਦਾ ਮੈਂ ਜਿਹੜਾ ਸਿੱਧਾ ਨਹੀਂ ਵੇਖ ਰਿਹਾ ਸੀ ਮੇਰੀ ਗੱਡੀ ਰੁਕੀ ਹੋਈ ਸੀ ਇਟਸ ਨਾਟ ਮਾਈ ਫਾਲ ਆਈ ਸੀ ਬੀ ਸੀ ਕਹਿੰਦੇ ਇਟਸ ਨਾਟ ਯੂਰ ਫਾਲ ওকে ਕਹਿੰਦਾ ਮੈਂ ਆਪਣੇ ਰੀਅਰ ਵਿਊ ਮੇਰੇ ਚ ਸਾਈਡ ਵਿਊ ਚ ਮੈਂ ਵੇਖ ਰਿਹਾ ਕਿ ਗੱਡੀ ਆ ਰਹੀ ਹੈ ਇਹ ਔਰਤ ਇਹ ਦਰ ਉਹ ਵੇਖ ਰਹੀ ਹੈ ਇਸ ਲੋ ਨਹੀਂ ਹੋ ਰਹੀ ਇਹਨੇ ਮੈਨੂੰ ਮਾਰਨਾ ਹੈ ਕਹਿੰਦਾ ਮੈਂ ਉਹ ਮੈਂ ਵੇਖ ਰਿਹਾ ਇੰਪੈਕਟ ਰਾਈਟ ਠੀਕ ਹੈ ਮੇਰਾ ਜਿਹੜਾ ਮੂੰਹ ਹੈ ਇਟ ਹਿਟ ਇਨ ਦ ਸਟੀਅਰਿੰਗ ਵੀਲ ਬਾਚ ਮੇ ਦੀ ਜਾ ਚੀ ਦਰਦ ਹੁੰਦੀ ਸੀ ওকে ওকে ਹੀ ਹੈਡ ਅ TMJ ਰਾਈਟ and uh jide mm -hmm. icbc nikyaat te kuch nahi hoya we actually took that um, case out of icbc not only out of lvi jansadikola mm -hmm. we sent that guy to a specialist to a throat mouth mm -hmm. and jaw tmj specialist unake ya te dislocate ho gaya okay and icbc janwasisar kuch kat ke vkhaya asi case kiti we to the icbc committee mm -hmm. it came out the hg angel trial vi honda agar icbc fir vi lad rahe ne ki nahi lvi hai

ਪਰੂਵ ਕਰਨਾ ਔਖਾ ਹੋ ਜਾਂਦਾ ਹੈ ICPSC ਨੂੰ ਸੋ ਕੀ ਇਸ ਦੇ ਬਾਰੇ ਕੋਈ ਗਲਬਾ ਚੱਲ ਰਹੀ ਹੈ ਕਿ ਇਸ ਨੂੰ ਵਾਟਰ ਡਾਊਨ ਕੀਤਾ ਜਾਏ ਇਸ ਨੂੰ ਕੋਈ ਇਹਦੇ ਚੇਂਜਸ ਲਿਆਉਂਦੇ ਜਾ ਰਿਹਾ ਹੈ ਭਾਈ ਆਮ ਨਾ ਪੋਲਿਟਿਕਲ ਗਾਇ ਬਟ ਆਈ ਡੋਨਟ ਸੀ ਇਟ ਹੈਪਨਿੰਗ ਲੇਕਿਨ ਕੋਈ ਪਤਾ ਨਹੀਂਗਾ ਇਸ ਵਕਤ ਤੇ ਨਹੀਂ ਹੋ ਰਿਹਾ ਲੇਕਿਨ ਡਿਪੈਂਡ ਕਰਦਾ ਹੈ ਕੌਣ ਗਵਰਨਮੈਂਟ ਚ ਆਣੀ ਸੋ ਇਨ ਕੇਸ ਆਫ ਸੱਚ ਕਾਈਂਡ ਆਫ ਐਕਸੀਡੈਂਟ ਸੋ ੜੀ ਕੀ ਸਲਾ ਹੋਏਗੀ ਦਰਸ਼ਕਾਂ ਨੂੰ ਰੱਬ ਨਾ ਕਰੇ ਕਿਸਦਾ ਐਕਸੀਡੈਂਟ ਹੋਵੇ ਲੇਕਿਨ ਜੇਕਰ ਕੁਝ ਇਸ ਤਰ੍ਹਾਂ ਹੁੰਦਾ ਹੈ ਤਾਂ ਉਸ ਸਮੇਂ ਕਿਸ ਤਰੀਕੇ ਨਾਲ ਉਹਨਾਂ ਨੂੰ ਕੋਈ ਸਾਵਧਾਨੀ ਵਰਤਣੀ ਚਾਹੀਦੀ ਸਿੱਧੀ ਗੱਲ Uh, second, uh, you, sh you have to talk to a lawyer, you have mm -hmm. to talk to somebody who's pr uh, specialized in practicing in this area. Because a common person won't right. be able to do it, they won't know and it can be loss to claim. If you have a claim, because LVI, ICBC says no claim, you're not getting any money, period. Okay. ਐਂਡ ਲਾਸਟ ਵਿੱਚ ਜੇਕਰ ਕੋਈ ਲੈਟਰ ਆਈ ਹੋਈ ਹੈਗੀ ਇਹ ਤੇ ਉਹਦੇ ਵਿੱਚ ਉਹ ICBC ਕਹਿੰਦੀ ਜੀ ਤੁਹਾਡਾ ਡਿਨਾਈ ਕਰਦੇ ਆ ਸੀ ਕਲੇਮ ਤਾਂ ਉਸ ਸਮੇਂ ਕਿਉਂਕਿ ਇਹ ਐਲ ਵੀ ਆਇਆ ਹੈਗਾ ਕਿ ਮਤਲਬ ਅਸੀਂ ਸਮਝ ਨਹੀਂ ਆਇਦਿੱਚ ਕੋਈ ਤਾਂ ਉਹ ਕੁਝ ਨਹੀਂ ਮਿਲਣ ਵਾਲਾ ਹੈਗਾ ਤਾਂ ਉਸ ਸਮੇਂ ਕੀ ਕੀਤਾ ਜਾਏ ਸਰ ਆਮ ਆਈ ਊਡ ਰეკਮੈਂਡ ਯੂ ਗੋ ਸੀ ਆ ਲਾਇਰ ਫਰ ਸ਼ੋਰ ਐਸਪੈਸ਼ਲੀ ਕਿਉਂਕਿ ਮੈਥਨ ਉਹ ਮੈਕਰਨਟਨ ਹੀ ਚੰਦਾ ਲੇਕਿਨ ਕਈ ਵਾਰ ਜਿਹੜੇ ਸਾਇਡ ਕਮਿਊਨਿਟੀ ਚ ਕਈ ਵਾਰ ਲੋਕਾਂ ਨੂੰ ਹਰ ਹਰ ਬੰਦੇ ਨੂੰ ਆਪਣੇ ਸਮੇ ਦਾ ਆਪਣੇ ਕੰਮ ਦਾ ਪਤਾ ਹੁੰਦਾ ਹੈ ਰਾਈਟ ਸਿੱਧੀ ਗੱਲ ਹੈ ਤੇ ਜਿਹੜੇ ਵਕੀਲ ਨੇ ਸਾਨੂੰ ਆਪਣਾ ਪਤਾ ਹੋਣਾ ਵੀ ਚਾਹੀਦਾ ਤੇ ਹੈ ਵੀ ਸੋ ਯੂ ਸ਼ੁਡ ਗੋ ਸੀ ਅ ਲਾਇਰ ਕਿਉਂਕਿ ਇਟਸ ਅ ਟੈਕਨੀਕਲ ਥਿੰਗ ਐਂਡ ਅਗਰ ਜਿਹੜੇ ਆਈਸੀਪੀਸੀ ਕੇਸਸ ਉਹ ਆਂਜੀ ਹੁੰਦੇ ਨੇ ਜੀ ਯੂਸ਼ੁਅਲੀ ਫ੍ਰੀ ਕੰਸਲਟੇਸ਼ਨ ਹੀ ਹੁੰਦੀ ਹੈ ਵਕੀਲਾ ਨਾਲ ਰਾਈਟ ਅਗਰ ਸਾਡੇ ਕੋਲ ਕੋਈ ਬੰਦਾ ਆਏ ਫੋਰ ਆਈਸੀਬੀਸੀ ਅਸੀਂ ਉਹਨਾਂ ਨੂੰ ਚਾਰਜ ਨਹੀਂ ਕਰਦੇ ਜੀ if we see for something else yes we would charge hourly rate. right lekin icbc I, I, I right. Okay, asi nahi karde kyunki asi vi andaza lana hai ki asi ek te is bande nu no help kar sakne hai <laughs> and tu kis had tak asi help kar sakne hai mm -hmm. fir todi marzi hundi hai tusi jaoge ya na karo so right. that's why you should especially sardic community che kyunki lokan nu nahi pata absolutely advice de ko le jae jeda ki us field vich professional hai jinne ki samalaya kyunki sare Able. hi lawyers jede hage ne oh initial consultation jdi hundi ohnadi free for icbc claims right dhanwa ji tuhanu raj ji da shukriya thank you very thank much thank you ji